ਆਮ ਆਦਮੀ ਪਾਰਟੀ ਦੇ ਵਰਕਰ ਗੁਰਪ੍ਰੀਤ ਸਿੰਘ ਗੋਪੀ ਕਤਲ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਗੁਰਪ੍ਰੀਤ ਗੋਪੀ ਦੀ ਮਾਂ ਦੇ ਬਿਆਨਾਂ ਦੇ ਉੱਪਰ ਜਿਹੜਾ ਹੈ ਕੁੱਲ 3 ਜਾਣਿਆਂ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਔਰ 2 ਬਾਈ ਨੇਮ ਨੇ ਜਿਹਦੇ ਵਿੱਚੋਂ ਜੱਗੂ ਨਾਮ ਦਾ ਜਿਹੜਾ ਕੇਸ ਹੈ ਉਹ ਹਾਲਾਂਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ, ਉਸਨੂੰ ਵੀ ਜਿਹੜਾ ਪੁਲਿਸ ਪ੍ਰੋਟੈਕਸ਼ਨ ਮਾਰਤੇ ਲਏਗੀ ਔਰ ਸਤਨਾਮ ਸਿੰਘ ਇੱਕ ਚੋਹਲਾ ਸਾਹਿਬ ਦਾ ਰਹਿਣ ਵਾਲਾ ਜਿਸ ਦੇ ਉੱਪਰ ਬਾਈ ਨੇਮ ਮਾਮਲੇ ਦਰਜ ਕੀਤੇ ਗਏ ਨੇ। ਦੱਸਿਆ ਜਾ ਰਿਹਾ ਕਿ ਇਹਨਾਂ ਦੇ ਨਾਲ ਗੁਰਪ੍ਰੀਤ ਗੋਪੀ ਦੀ ਜਿਹੜੀ ਹੈ ਕਾਫੀ ਟਾਈਮ ਤੋਂ ਲਗਾਤਾਰ ਜਿਹੜੀ ਸੀ ਚੱਲਦੀ ਆ ਰਹੀ ਸੀ ਔਰ ਪਹਿਲਾਂ ਵੀ ਧਮਕੀਆਂ ਜਿਹੜੀਆਂ ਸੀ ਗੁਰਪ੍ਰੀਤ ਗੋਪੀ ਨੂੰ ਜਾਨੋਂ ਮਾਰਨੀਆਂ ਦੇ ਚੁੱਕੇ ਸਨ ਇਹ ਸ਼ਖਸ। ਫਿਲਹਾਲ ਪੁਲਿਸ ਹਰ ਐਂਗਲ ਤੋਂ ਜਿਹੜੀ ਹੈ ਇਸ ਮਾਮਲੇ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਔਰ ਸੀਸੀਟੀਵੀ ਜਿਹੜੀ ਹੈ ਖੰਗਾਲੀ ਜਾ ਰਹੀ ਹੈ। ਜਿਹੜਾ ਜੱਗੂ ਨਾਮ ਦਾ ਵਿਅਕਤੀ ਜੇਲ੍ਹ 'ਚ ਬੰਦ ਹੈ ਉਸਨੂੰ ਵੀ ਜਿਹੜਾ ਪੁਲਿਸ ਪ੍ਰੋਟੈਕਸ਼ਨ ਬਣ ਤੇ ਲਿਆਵੇਗੀ ਔਰ ਦੱਸ ਦਈਏ ਕਿ ਜੱਗੂ ਤੋਂ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਦਰਜ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18। ਆਮ ਆਦਮੀ ਪਾਰਟੀ ਦੇ ਵਰਕਰ ਗੁਰਪ੍ਰੀਤ ਸਿੰਘ ਗੋਪੀ ਕਤਲ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਗੁਰਪ੍ਰੀਤ ਗੋਪੀ ਦੀ ਮਾਂ ਦੇ ਬਿਆਨਾਂ ਦੇ ਉੱਪਰ ਜਿਹੜਾ ਹੈ ਕੁੱਲ 3 ਜਾਣਿਆਂ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਔਰ 2 ਬਾਈ ਨੇਮ ਨੇ ਜਿਹਦੇ ਵਿੱਚੋਂ ਜੱਗੂ ਨਾਮ ਦਾ ਜਿਹੜਾ ਕੇਸ ਹੈ ਉਹ ਹਾਲਾਂਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ, ਉਸਨੂੰ ਵੀ ਜਿਹੜਾ ਪੁਲਿਸ ਪ੍ਰੋਟੈਕਸ਼ਨ ਮਾਰਤੇ ਲਏਗੀ ਔਰ ਸਤਨਾਮ ਸਿੰਘ ਇੱਕ ਚੋਹਲਾ ਸਾਹਿਬ ਦਾ ਰਹਿਣ ਵਾਲਾ ਜਿਸ ਦੇ ਉੱਪਰ ਬਾਈ ਨੇਮ ਮਾਮਲੇ ਦਰਜ ਕੀਤੇ ਗਏ ਨੇ। ਦੱਸਿਆ ਜਾ ਰਿਹਾ ਕਿ ਇਹਨਾਂ ਦੇ ਨਾਲ ਗੁਰਪ੍ਰੀਤ ਗੋਪੀ ਦੀ ਜਿਹੜੀ ਹੈ ਕਾਫੀ ਟਾਈਮ ਤੋਂ ਲਗਾਤਾਰ ਜਿਹੜੀ ਸੀ ਚੱਲਦੀ ਆ ਰਹੀ ਸੀ ਔਰ ਪਹਿਲਾਂ ਵੀ ਧਮਕੀਆਂ ਜਿਹੜੀਆਂ ਸੀ ਗੁਰਪ੍ਰੀਤ ਗੋਪੀ ਨੂੰ ਜਾਨੋਂ ਮਾਰਨੀਆਂ ਦੇ ਚੁੱਕੇ ਸਨ ਇਹ ਸ਼ਖਸ। ਫਿਲਹਾਲ ਪੁਲਿਸ ਹਰ ਐਂਗਲ ਤੋਂ ਜਿਹੜੀ ਹੈ ਇਸ ਮਾਮਲੇ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਔਰ ਸੀਸੀਟੀਵੀ ਜਿਹੜੀ ਹੈ ਖੰਗਾਲੀ ਜਾ ਰਹੀ ਹੈ। ਜਿਹੜਾ ਜੱਗੂ ਨਾਮ ਦਾ ਵਿਅਕਤੀ ਜੇਲ੍ਹ 'ਚ ਬੰਦ ਹੈ ਉਸਨੂੰ ਵੀ ਜਿਹੜਾ ਪੁਲਿਸ ਪ੍ਰੋਟੈਕਸ਼ਨ ਬਣ ਤੇ ਲਿਆਵੇਗੀ ਔਰ ਦੱਸ ਦਈਏ ਕਿ ਜੱਗੂ ਤੋਂ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਦਰਜ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18। ਆਮ ਆਦਮੀ ਪਾਰਟੀ ਦੇ ਵਰਕਰ ਗੁਰਪ੍ਰੀਤ ਸਿੰਘ ਗੋਪੀ ਕਤਲ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਗੁਰਪ੍ਰੀਤ ਗੋਪੀ ਦੀ ਮਾਂ ਦੇ ਬਿਆਨਾਂ ਦੇ ਉੱਪਰ ਜਿਹੜਾ ਹੈ ਕੁੱਲ 3 ਜਾਣਿਆਂ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਔਰ 2 ਬਾਈ ਨੇਮ ਨੇ ਜਿਹਦੇ ਵਿੱਚੋਂ ਜੱਗੂ ਨਾਮ ਦਾ ਜਿਹੜਾ ਕੇਸ ਹੈ ਉਹ ਹਾਲਾਂਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ, ਉਸਨੂੰ ਵੀ ਜਿਹੜਾ ਪੁਲਿਸ ਪ੍ਰੋਟੈਕਸ਼ਨ ਮਾਰਤੇ ਲਿਆਏਗੀ ਔਰ ਸਤਨਾਮ ਸਿੰਘ ਇੱਕ ਚੋਹਲਾ ਸਾਹਿਬ ਦਾ ਰਹਿਣ ਵਾਲਾ ਜਿਸ ਦੇ ਉੱਪਰ ਬਾਈ ਨੇ ਮਾਮਲੇ ਦਰਜ ਕੀਤੇ ਗਏ ਨੇ। ਦੱਸਿਆ ਜਾ ਰਿਹਾ ਕਿ ਇਹਨਾਂ ਦੇ ਨਾਲ ਗੁਰਪ੍ਰੀਤ ਗੋਪੀ ਦੀ ਜਿਹੜੀ ਹੈ ਕਾਫੀ ਟਾਈਮ ਤੋਂ ਲਗਾਤਾਰ ਜਿਹੜੀ ਸੀ ਚੱਲਦੀ ਆ ਰਹੀ ਸੀ ਔਰ ਪਹਿਲਾਂ ਵੀ ਧਮਕੀਆਂ ਜਿਹੜੀਆਂ ਸੀ ਗੁਰਪ੍ਰੀਤ ਗੋਪੀ ਨੂੰ ਜਾਨੋਂ ਮਾਰਨੀਆਂ ਦੇ ਚੁੱਕੇ ਸਨ ਇਹ ਸ਼ਖਸ। ਫਿਲਹਾਲ ਪੁਲਿਸ ਹਰ ਐਂਗਲ ਤੋਂ ਜਿਹੜੀ ਹੈ ਇਸ ਮਾਮਲੇ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਔਰ ਸੀਸੀਟੀਵੀ ਜਿਹੜੀ ਹੈ ਖੰਗਾਲੀ ਜਾ ਰਹੀ ਹੈ। ਜਿਹੜਾ ਜੱਗੂ ਨਾਮ ਦਾ ਵਿਅਕਤੀ ਜੇਲ੍ਹ 'ਚ ਬੰਦ ਹੈ ਉਸਨੂੰ ਵੀ ਜਿਹੜਾ ਪੁਲਿਸ ਪ੍ਰੋਟੈਕਸ਼ਨ ਬਣ ਤੇ ਲਿਆਵੇਗੀ ਔਰ ਦੱਸ ਦਈਏ ਕਿ ਜੱਗੂ ਤੋਂ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਦਰਜ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18। ਆਮ ਆਦਮੀ ਪਾਰਟੀ ਦੇ ਵਰਕਰ ਗੁਰਪ੍ਰੀਤ ਸਿੰਘ ਗੋਪੀ ਕਤਲ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਗੁਰਪ੍ਰੀਤ ਗੋਪੀ ਦੀ ਮਾਂ ਦੇ ਬਿਆਨਾਂ ਦੇ ਉੱਪਰ ਜਿਹੜਾ ਹੈ ਕੁੱਲ 3 ਜਾਣਿਆਂ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਔਰ 2 ਬਾਈ ਨੇਮ ਨੇ ਜਿਹਦੇ ਵਿੱਚੋਂ ਜੱਗੂ ਨਾਮ ਦਾ ਜਿਹੜਾ ਕੇਸ ਹੈ ਉਹ ਹਾਲਾਂਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ, ਉਸਨੂੰ ਵੀ ਜਿਹੜਾ ਪੁਲਿਸ ਪ੍ਰੋਟੈਕਸ਼ਨ ਮਾਰਤੇ ਲਿਆਏਗੀ ਔਰ ਸਤਨਾਮ ਸਿੰਘ ਇੱਕ ਚੋਹਲਾ ਸਾਹਿਬ ਦਾ ਰਹਿਣ ਵਾਲਾ ਜਿਸ ਦੇ ਉੱਪਰ ਬਾਈ ਨੇ ਮਾਮਲੇ ਦਰਜ ਕੀਤੇ ਗਏ ਨੇ। ਦੱਸਿਆ ਜਾ ਰਿਹਾ ਕਿ ਇਹਨਾਂ ਦੇ ਨਾਲ ਗੁਰਪ੍ਰੀਤ ਗੋਪੀ ਦੀ ਜਿਹੜੀ ਹੈ ਕਾਫੀ ਟਾਈਮ ਤੋਂ ਲਗਾਤਾਰ ਜਿਹੜੀ ਸੀ ਚੱਲਦੀ ਆ ਰਹੀ ਸੀ ਔਰ ਪਹਿਲਾਂ ਵੀ ਧਮਕੀਆਂ ਜਿਹੜੀਆਂ ਸੀ ਗੁਰਪ੍ਰੀਤ ਗੋਪੀ ਨੂੰ ਜਾਨੋਂ ਮਾਰਨੀਆਂ ਦੇ ਚੁੱਕੇ ਸਨ ਇਹ ਸ਼ਖਸ। ਫਿਲਹਾਲ ਪੁਲਿਸ ਹਰ ਐਂਗਲ ਤੋਂ ਜਿਹੜੀ ਹੈ ਇਸ ਮਾਮਲੇ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਔਰ ਸੀਸੀਟੀਵੀ ਜਿਹੜੀ ਹੈ ਖੰਗਾਲੀ ਜਾ ਰਹੀ ਹੈ। ਜਿਹੜਾ ਜੱਗੂ ਨਾਮ ਦਾ ਵਿਅਕਤੀ ਜੇਲ੍ਹ 'ਚ ਬੰਦ ਹੈ ਉਸਨੂੰ ਵੀ ਜਿਹੜਾ ਪੁਲਿਸ ਪ੍ਰੋਟੈਕਸ਼ਨ ਬਣ ਤੇ ਲਿਆਵੇਗੀ ਔਰ ਦੱਸ ਦਈਏ ਕਿ ਜੱਗੂ ਤੋਂ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਦਰਜ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।